ਪਿਸਤੌਲ ਦੀ ਨੋਕ ਤੇ ਲੁੱਟ ਕਰਨ ਆਏ ਲੁਟੇਰਿਆਂ ਦੇ ਉੱਤੇ ਦੁਕਾਨਦਾਰ ਇਕੱਲਾ ਹੀ ਭਾਰੀ ਪੈ ਗਿਆ, ਜਿਸ ਨੇ ਕਿ ਦੋਵੇਂ ਲੁਟੇਰੇ ਭੱਜਣ ਲਈ ਮਜਬੂਰ ਕਰ ਦਿੱਤੇ ਅਤੇ ਉਹਨਾਂ ਦੀ ਦੱਬ ਕੇ ਛਿੱਤਰ ਪਰੇਡ ਵੀ ਹੋਈ ਹੈ। ਜੀ ਹਾਂ, ਦੱਸ ਦਈਏ ਕਿ ਇੱਕ ਮੋਬਾਈਲਾਂ ਦੀ ਦੁਕਾਨ ਦੇ ਵਿੱਚ ਦੋ ਲੁਟੇਰੇ ਵੜਦੇ ਨੇ, ਮੂੰਹ ਇਹਨਾਂ ਨੇ ਢੱਕੇ ਹੁੰਦੇ ਨੇ ਤੇ ਹੱਥ ਦੇ ਵਿੱਚ ਪਿਸਤੌਲ ਫੜਿਆ ਹੁੰਦਾ। ਪਿਸਤੌਲ ਦੀ ਨੋਕ ਦੇ ਉੱਤੇ ਪਹਿਲਾਂ ਤਾਂ ਦੁਕਾਨਦਾਰ ਨੂੰ ਸਿੱਧਾ ਹੀ ਉਸਦੇ ਕੋਲੋਂ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ ਤੇ ਜਦੋਂ ਦੁਕਾਨਦਾਰ ਪੈਸੇ ਨਹੀਂ ਦਿੰਦਾ ਤਾਂ ਉਸ ਤੋਂ ਬਾਅਦ ਦੇ ਵਿੱਚ ਉਸਦੇ ਨਾਲ ਗਾਲੀ ਗਲੋਸ ਕੀਤਾ ਜਾਂਦਾ। ਹਾਲਾਂਕਿ ਇਹ ਸਭ ਦੇਖ ਕੇ ਜਦੋਂ ਦੁਕਾਨਦਾਰ ਦੇ ਵੱਲੋਂ ਉਸਦਾ ਪਿਸਤੌਲ ਫੜ ਲਿਆ ਜਾਂਦਾ ਹੈ, ਹੱਥ ਨੂੰ ਹੀ ਫੜ ਲਿਆ ਜਾਂਦਾ, ਤਾਂ ਉਸ ਤੋਂ ਬਾਅਦ ਦੇ ਵਿੱਚ ਦੋਵੇਂ ਲੁਟੇਰੇ ਦੁਕਾਨਦਾਰ ਨੂੰ ਪੈ ਜਾਂਦੇ ਨੇ। ਪਰ ਦੁਕਾਨਦਾਰ ਜੋ ਹੈ ਉਹ ਇਹਨਾਂ ਦੋਵਾਂ ਦੇ ਉੱਤੇ ਭਾਰੀ ਪੈ ਜਾਂਦਾ ਹੈ ਅਤੇ ਕੁੱਟਦਾ ਹੋਇਆ ਇਹਨਾਂ ਨੂੰ ਦੁਕਾਨ ਦੇ ਬਾਹਰ ਲੈ ਜਾਂਦਾ। ਹਾਲਾਂਕਿ ਜਿਸ ਤੋਂ ਬਾਅਦ ਆਲੇ ਦੁਆਲੇ ਲੋਕ ਵੀ ਇਕੱਠੇ ਹੋ ਜਾਂਦੇ ਨੇ, ਪਰ ਲੋਕਾਂ ਦੇ ਵੱਲੋਂ ਕਿਸੇ ਵੀ ਕਿਸਮ ਦੀ ਦੁਕਾਨਦਾਰ ਦੀ ਮਦਦ ਨਹੀਂ ਕੀਤੀ ਜਾਂਦੀ, ਜਿਸ ਦੇ ਕਾਰਨ ਕਿਹਾ ਜਾ ਰਿਹਾ ਕਿ ਦੋਵੇਂ ਹੀ ਲੁਟੇਰੇ ਭੱਜਣ ਦੇ ਵਿੱਚ ਕਾਮਯਾਬ ਹੋ ਗਏ ਨੇ। ਤਾਂ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਦੁਕਾਨ ਦੇ ਵਿੱਚ ਦੋ ਲੁਟੇਰੇ ਵੜਦੇ ਨੇ ਲੁੱਟ ਦੀ ਨੀਅਤ ਨਾਲ, ਪਰ ਦੁਕਾਨਦਾਰ ਉਹਨਾਂ ਦੇ ਉੱਤੇ ਭਾਰੀ ਪੈ ਜਾਂਦਾ ਅਤੇ ਉਹਨਾਂ ਨੂੰ ਖਦੇੜ ਕੇ ਰੱਖ ਦਿੰਦਾ। ਹਾਲਾਂਕਿ ਇਸ ਤੋਂ ਬਾਅਦ ਦੁਕਾਨਦਾਰ ਦਾ ਕਹਿਣਾ ਕਿ ਜੇਕਰ ਉਸਦੇ ਨਾਲ ਕੋਈ ਵੀ ਬਾਹਰ ਦਾ ਬੰਦਾ ਲੱਗਿਆ ਹੁੰਦਾ ਤਾਂ ਉਹਨਾਂ ਲੁਟੇਰਿਆਂ ਨੂੰ ਕਾਬੂ ਕੀਤਾ ਜਾ ਸਕਦਾ ਸੀ ਤੇ ਘਟਨਾ ਸੀਸੀਟੀਵੀ ਦੇ ਵਿੱਚ ਵੀ ਕੈਦ ਹੋ ਗਈ ਹੈ। ਕਿਨੇ ਪੂਰੀ ਕੋਸ਼ਿਸ਼ ਕੀਤੀ ਹੈ, ਬੰਦੂਕ ਫੜ ਕੇ ਆਇਆ ਸੀ, ਮੇਰੇ ਪੂਰਾ ਹਮਲਾ ਉਹਨਾਂ ਨੇ ਆਪਣੇ ਵੱਲੋਂ ਕੀਤਾ ਤੇ ਮੈਂ ਜਿਹੜਾ ਕਾਬੂ ਕਰ ਲਿਆ ਉਹਨਾਂ ਨੂੰ, ਪੜਨੇ ਤੋਂ ਮੇਰਾ ਹੱਥ ਪੈ ਗਿਆ ਤੇ ਮੈਂ ਉਹਨੂੰ ਸਿਰ ਤੋਂ ਘੁਮਾ ਕੇ ਦੂਜੇ ਨੂੰ ਵੀ ਨਾਲ, ਦੋਵਾਂ ਨੂੰ ਇੱਕ ਦੂਜੇ ਦੇ ਨਾਲ ਲੈ ਕੇ ਬਾਹਰ ਸੁੱਟਿਆ ਤੇ ਰੌਲਾ ਪਾਇਆ ਬਹੁਤ ਤੇ ਬਾਹਰ ਜਾ ਕੇ ਕਮ ਸੇ ਕਮ 5-7 ਮਿੰਟ ਮੈਂ ਉਹਨੂੰ ਘੇਰੀ ਰੱਖਿਆ ਪੜਨੇ ਨਾਲ ਬੰਨ ਕੇ, ਲੇਕਿਨ ਕੋਈ ਵੀ ਅੱਗੇ ਨਹੀਂ ਆਇਆ ਕਿ ਜਿਹੜਾ ਮਦਦ ਵਾਸਤੇ ਕੋਈ ਨਹੀਂ ਅੱਗੇ ਆਇਆ। ਇੰਨਾ ਰੌਲਾ ਪਾਉਣ ਦੇ ਬਾਵਜੂਦ ਲੋਕੀ ਵੇਖਦੇ ਰਹੇ ਆ, ਇਕੱਠੇ ਹੋਏ ਆ, 50-60 ਬੰਦੇ ਰੋਡ ਦੇ ਇਕੱਠੇ ਹੋ ਗਏ ਸੀ, ਘੇਰਨਾ ਚਾਹੁੰਦੇ, ਇੱਕ ਬੰਦਾ ਵੀ ਮੈਨੂੰ ਮਿਲ ਜਾਂਦਾ ਤੇ ਉਹ ਭੱਜਣ ਦਾ ਜੋਗਾ ਨਹੀਂ ਸੀ ਹੈਗਾ ਤੇ ਉਹ ਦੂਜਾ ਬੰਦਾ ਆ ਕੇ ਉਹਨੇ ਇੱਟ ਦਿਖਾਈ ਤੇ ਮੇਰੇ ਦਿਖਾ ਕੇ ਉਹ ਛੁਡਾ ਕੇ ਲੈ ਕੇ ਗਿਆ ਉਹਨੂੰ। ਕਿੰਨੇ ਜਾਣੇ ਸੀ ਉਹ? ਦੋ ਜਾਣੇ ਸੀ। ਉਹ ਬਾਈਕ ਤੇ ਆਏ ਹੋਏਗੇ ਤੇ ਕਹਿ ਨਹੀਂ ਸਕਦਾ ਤੇ ਅੰਦਰ ਜਿਹੜੇ ਆਏ ਬੰਦੂਕ ਸੀ ਉਹਨਾਂ ਕੋਲ, ਵੈਪਨ ਸੀ। ਹਾਂਜੀ, ਤੇਜ਼ਦਾਰ ਹਥਿਆਰ ਵੀ ਕੋਈ ਨਹੀਂ, ਕੱਲੀ ਬੰਦੂਕ ਲੈ ਕੇ ਇੱਕ ਨੇ ਆ ਕੇ, ਦੋਵੇਂ ਅੰਦਰ ਆਏ ਆ, ਇੱਕ ਨੇ ਫਟਾਫਟ ਨਾਲ ਹੀ ਦਰਵਾਜ਼ਾ ਬੰਦ ਕਰਤਾ ਤੇ ਦੂਜੇ ਨੇ ਆ ਕੇ ਮੈਨੂੰ ਗਾਲਾਂ ਗੁਲਾਂ ਕੱਢ ਕੇ ਫਟਾਫਟ ਮੇਰੇ ਤੇ ਹੈਵੀ ਹੋਣ ਦੀ ਕੋਸ਼ਿਸ਼ ਕੀਤੀ ਹੈ ਤੇ ਮੇਰੇ ਤੇ ਬੰਦੂਕ ਰੱਖੀ ਹੈ। ਪ੍ਰੋਪਰ ਟਾਈਮ ਕਿੰਨੇ ਵਜੇ ਦਾ? ਕਿੰਨੇ ਵਜੇ ਦਾ ਟਾਈਮ? ਮੇਰੇ ਕੈਮਰੇ ਤੇ ਜਿਹੜਾ 7:10 ਆਉਂਦਾ ਪਿਆ, ਐਕਚੁਅਲ ਟਾਈਮ 6:40-45 ਮਿੰਟ ਦੇ ਲੰਬਾ। ਸ਼ਾਮ ਨੂੰ ਦੋ ਦੇ ਹਾਈਟ ਲੰਮੀ ਹੁੰਦੀ ਹੈ, ਪਿਸਟਲ ਹੀ ਜਾਂ ਪਿਸਟਲ ਯਾਰ ਪਿਸਟਲ ਸੀ ਛੋਟੀ ਪਿਸਟਲ ਛੋਟੀ ਪਿਸਟਲ ਹੀ ਹਾਂ ਛੋਟੀ ਹੜਬੜਾਈ ਵਿੱਚ ਉਹ ਹੁਣ ਜਦੋਂ ਮੈਂ ਹੈਵੀ ਹੋ ਗਿਆ ਤੇ ਘਬਰਾ ਗਏ ਤੇ ਉਹਨੇ ਦੂਜਾ ਸਾਥੀ ਆਪਣਾ ਜਿਹੜਾ ਮੇਰੇ ਕੋਲ ਕਾਬੂ ਹੋਇਆ ਸੀ ਉਹਨੇ ਆਪਣੀ ਛੁਡਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਅੱਗੇ ਆਇਆ ਤੇ ਬਾਅਦ ਜੋ ਇੱਟ ਫੜ ਕੇ ਮੈਂ ਤੇ ਕਾਬੂ ਕੀਤਾ ਹੋਇਆ ਸੀ ਪੂਰਾ ਤੇ ਜਦੋਂ ਉਹ ਇੱਟ ਫੜ ਕੇ ਮੈਨੂੰ ਪਿਆ ਹੈ ਤੇ ਕੋਈ ਅੱਗੇ ਨਹੀਂ ਆਇਆ ਭੀੜ ਵਿੱਚ, ਮੈਂ ਕਿਹਾ ਮੈਂ ਫਿਰ ਹੁਣ ਸੜਨਾ ਖਾ ਲਵਾਂ, ਕੋਈ ਤੇ ਅੱਗੇ ਆਉਂਦਾ ਨਹੀਂ ਪਿਆ। ਮੈਂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਆਪਣੇ ਬਚਾਉਣ ਦੀ ਕੋਸ਼ਿਸ਼ ਕਰਕੇ ਉਹਨੂੰ ਸੜ ਕੇ ਉਹਨੂੰ ਜਾਣ ਦਿੱਤਾ, ਦੋਵਾਂ ਨੂੰ ਭੱਜ ਗਏ ਨੇ ਉਹ ਬਚ, ਉਹ ਭੱਜ ਗਏ ਪਿੱਛੇ ਨੂੰ ਕਿਹਾ ਕਿ ਇੱਧਰ ਨੂੰ ਗਿਆ, ਆਏ ਇੱਧਰੋਂ ਹੀ ਤੇ ਫਿਰ ਜਦੋਂ ਭੱਜੇ ਆ ਫਿਰ ਇੱਧਰ ਭੱਜਿਆ ਸੀ, ਲੇਕਿਨ ਦੂਜਾ ਤੇ ਉਹ ਜਿਹਨੂੰ ਕਾਬੂ ਕੀਤਾ ਪਿਆ ਸੀ ਤੇ ਉਹਨੂੰ ਜਦੋਂ ਮੈਂ ਛੱਡਿਆ ਤੇ ਫਿਰ ਬਾਅਦ ਚੋਂ ਇੱਧਰ ਭੱਜੇ ਆ। ਕਿੰਨੀ ਕੁ ਉਮਰ ਦੇ ਲੱਗਦੇ ਸੀ ਤੁਹਾਨੂੰ? ਇਹ ਕੋਈ 30 ਦੇ ਰੇਂਜ ਵਿੱਚ ਹੈਗੇ, 30-35 ਦੇ ਵਿੱਚ। ਕਿੰਨਾ ਨੁਕਸਾਨ ਹੋਇਆ, ਕੀ ਕੁਛ ਲੱਗਿਆ ਤੁਹਾਡਾ?
ਨੁਕਸਾਨ ਦੇ ਬਚਾਅ ਜਦੋਂ ਮੈਂ ਹੀ ਹੈਵੀ ਹੋ ਗਿਆ ਉਹਨਾਂ ਦੇ ਬਚਾਅ ਹੋ ਗਿਆ, ਮੈਂ ਮੋਬਾਈਲ ਜਿਹੜਾ ਇੱਥੇ ਪਿਆ ਸੀ ਉਹ ਵੀ ਮੈਂ ਥੱਲੇ ਸੁੱਟਤਾ ਅਤੇ ਦਰਾਜ਼ ਮੈਂ ਇੰਝ ਬੰਦ ਕਰਕੇ ਅਤੇ ਹੜਬੜਾ ਕੇ ਅਤੇ ਜੇ ਬਾਈ ਜਾਂ ਮੇਰਾ ਹੱਥ ਉਹਦੇ ਪੜਨੇ 'ਤੇ ਨਾ ਪੈਂਦਾ ਉਹਨਾਂ ਦੇ ਮੈਨੂੰ ਭਾਵੇਂ ਮਾਰ ਵੀ ਜਾਂਦੇ। ਪਤਲੇ ਜਿਹੇ ਹੈਗੇ ਸੀ, ਹਾਈਟ ਜੇ ਮੇਰੇ ਤੋਂ ਥੋੜ੍ਹੇ ਜਿਹੇ ਹਾਂ ਇੰਨਾ ਜਿੰਨੇ ਲੱਗਾ ਵਿਰੋਧ ਕੀਤਾ ਗਿਆ ਸਰ, ਲੱਗਦਾ ਨਹੀਂ 15 ਅਗਸਤ ਨੂੰ ਲੈ ਕੇ ਅੱਜ ਨਾਕਾਬੰਦੀ ਕੀਤੀ ਗਈ ਹੈ, ਪਰ ਫਿਰ ਵੀ ਵਾਰਦਾਤਾਂ ਇਹ ਲੁੱਟਣ ਦੀਆਂ ਚੋਰੀ ਨੇ ਵਾਰਦਾਤਾਂ ਮਤਲਬ ਬੰਦ ਹੋਣ ਦਾ ਨਾਮ ਨਹੀਂ ਲੈ ਰਹੀਆਂ। ਪੁਲਿਸ ਵੱਲੋਂ ਪੂਰੀ ਮੁਸਤੈਦੀ ਦੇ ਨਾਲ ਜਿਹੜਾ ਵਾ ਨਾਕਾਬੰਦੀਆਂ ਵੀ ਕੀਤੀਆਂ ਜਾ ਰਹੀਆਂ ਔਰ ਲੁੱਟਾਂ ਵੀ ਕੀਤੀਆਂ ਜਾ ਰਹੀਆਂ ਔਰ ਜਲਦੀ ਇਹਨਾਂ ਨੂੰ ਅਸੀਂ ਪੇਸ਼ ਕਰ। ਸਰ ਕਿੰਨੇ ਨੌਜਵਾਨ ਸੀ? 2 ਨੌਜਵਾਨ। ਅੱਛਾ, ਕੀ ਵੈਪਨ ਸੀ, ਤੇਜ਼ਦਾਰ ਹਥਿਆਰ ਵੀ ਉਹਨਾਂ ਕੋਲ? 2 ਨੌਜਵਾਨ ਸੀ ਸਾਡੇ ਵੱਲੋਂ, 2 ਮਤਲਬ ਕਿ ਟੀਮਾਂ ਇਹ ਤਿਆਰ ਕੀਤੀਆਂ ਵਾ ਜੀ ਜੀ ਜਿਹੜੀ ਆਪਣੀ ਇੱਥੇ ਜਿਹੜੀ ਮੋਟੇ ਵਰਤੀ ਕਰ ਰਹੀਆਂ ਵਾ ਉਹਨਾਂ ਨੂੰ ਬਹੁਤ ਜਲਦੀ ਅੱਛੇ